ਗੁਰਦੁਆਰਾ ਸਾਹਿਬ ਦਾ ਗੇਟ ਇਹ ਅੰਦਰ ਆ ਗਏ ਜੀ ਉੱਤੇ ਦੇਖੋ ਨਿਸ਼ਾਨ ਸਾਹਿਬ ਲੱਗਿਆ ਹੋਇਆ ਮੈਂ ਨਾ ਪੁੱਛਿਆ ਕਹਿੰਦਾ ਜੀ ਵੀ ਹੁਣ ਚੁੱਪ ਹੋ ਗਿਆ ਇੱਥੇ ਇਰਾਨੀਅਨ ਬੱਚੇ ਵੀ ਪੜ੍ਹਦੇ ਆ ਆਪਣੇ ਸਿੱਖ ਪਰਿਵਾਰ ਦੇ ਵੀ ਹਿੰਦੂ ਪਰਿਵਾਰ ਵੀ ਹੋਣਗੇ ਭਾਜੀ ਇੱਥੇ ਬੋਲੀਏ ਕਿ ਚੁੱਪ ਹੋ ਜਾਈਏ ਚੁੱਪ ਇੱਧਰ ਬਾਈ ਹਰੀ ਵੀ ਸਾਰੇ ਆ ਗਏ ਬਾਈ ਕੀ ਨਾਂ ਤੁਹਾਡਾ ਕੁਲਵੀਰ ਸਿੰਘ ਬਾਈ ਮਤਲਬ ਕਿ ਰਾਜਾ ਵਾਂਗ ਰਹਿੰਦੇ ਨੇ ਬਿਲਕੁਲ ਸਾਰਿਆਂ ਕੋਲ ਮੈਕਸੀਮਮ ਆਪਣੇ ਮਕਾਨ ਨੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਮੈਂ ਹਾਂ ਇਸ ਟਾਈਮ ਤਹਿਰਾਨ ਹੀ ਰੁਕਣ ਵਾਲਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਪਿਛਲੀ ਵੀਡੀਓ ਦੇ ਵਿੱਚ ਕਿ ਇਰਾਨ ਦੇ ਵਿੱਚ ਮੈਂ ਦੁਬਾਰਾ ਆਉਣਾ ਮੈਂ ਤੇ ਨਵਨਪੁਰ ਬਾਈ ਨੇ ਕੁਛ ਅਲੱਗ ਪਲਾਨ ਕਰ ਰਹੇ ਹਾਂ ਅਸੀਂ ਤਾਂ ਕਰਕੇ ਮੈਂ ਸਿਰਫ ਤਹਿਰਾਨ ਚ ਹੀ ਰੁਕਿਆ ਕਿਸੇ ਦੀ ਯਾਰ ਹੁਣੇ ਵਿਜ਼ਿਟ ਕਰ ਲੂੰਗਾ ਫਿਰ ਦੁਬਾਰਾ ਦਿਲ ਨਹੀਂ ਕਰਨਾ ਤਾਂ ਕਰਕੇ ਮੈਂ ਕਿਤੇ ਹੋਰ ਵਿਜ਼ਿਟ ਨਹੀਂ ਕਰ ਰਿਹਾ 5-6 ਦਿਨ ਇੱਥੇ ਹੀ ਹਾਂ ਮੈਂ ਅੱਜ ਆਪਾਂ ਜਾਵਾਂਗੇ ਇੱਥੇ ਗੁਰਦੁਆਰਾ ਸਾਹਿਬ ਹੈ ਨੇੜੇ ਭਾਈ ਗੰਗਾ ਸਿੰਘ ਗੁਰਦੁਆਰਾ ਸਾਹਿਬ ਦਾ ਨਾਮ ਹੈ ਵੈਸੇ ਜਿਹੜਾ ਇੱਥੇ ਹੁਣ ਕਹਿੰਦਾ ਮਸਜਿਦ ਹਿੰਦ ਦੇ ਨਾਮ ਤੋਂ ਬੁਲਾਇਆ ਜਾਂਦਾ ਸੋ ਇੱਥੋਂ ਸਿਰਫ 700-800 ਮੀਟਰ ਦੂਰ ਹੈ ਹੁਣੇ ਮੈਂ ਹੋਸਟਲ ਤੋਂ ਆਇਆ ਯਾਰ ਹੋਸਟਲ 'ਚ ਥੋੜ੍ਹਾ ਜਿਹਾ ਮਤਲਬ ਮੇਰਾ ਬੈੱਡ ਚੇਂਜ ਕਰਤਾ ਕਹਿੰਦੇ ਕਿ ਇਹ ਤਾਂ ਬੁੱਕ ਹੋ ਗਿਆ ਮਤਲਬ ਇਹ ਕੀ ਮਤਲਬ ਯਾਰ ਮੈਂ ਬੈੱਡ ਤੇ ਰਹਿ ਰਿਹਾ ਮੇਰੇ ਰਹਿੰਦੇ ਹੋਏ ਤੁਸੀਂ ਕਿੱਦਾਂ ਬੁੱਕ ਕਰਤਾ ਨਾਲੇ ਮੈਂ ਕਿਹਾ ਕਿ ਮੈਂ ਇੰਨੇ ਦਿਨ ਰਹਿਣਾ ਅੱਜ ਕਹਿੰਦੇ ਕਿ ਨਹੀਂ ਸੌਰੀ ਇੱਦਾਂ ਉਦਾਂ ਇੱਕ ਕੁੜੀ ਸੀਗੀ ਉਹ ਥੋੜ੍ਹਾ ਜਿਹਾ ਜ਼ਿਆਦਾ ਹੀ ਕਹਿੰਦੀ ਓਕੇ ਸਰ ਯੂ ਵਾਂਟ ਟੂ ਸਟੇ ਔਰ ਯੂ ਵਾਂਟ ਟੂ ਚੈੱਕ ਆਊਟ ਤੇ ਮੈਂ ਚੁੱਪ ਹੋ ਗਿਆ ਫਿਰ ਉਸ ਤੋਂ ਬਾਅਦ ਦੂਜੀ ਨੂੰ ਲੱਗਿਆ ਕਿ ਜ਼ਿਆਦਾ ਉਹ ਹੋ ਗਿਆ ਪਰ ਬੜਾ ਸੌਰੀ ਸੌਰੀ ਕਹਿ ਲਾ ਮੈਂ ਚੱਲ ਛੱਡ ਖੈਰ ਜੋ ਵੀ ਆ ਹੁਣ ਪਹਿਲਾਂ ਚੱਲਦੇ ਹਾਂ ਫਲਾ ਫਲ ਖਾ ਲਈਏ ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਚੱਲਾਂਗੇ ਤੇ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਅੱਜ ਐਤਵਾਰ ਆ ਪਰ ਫਿਰ ਸਭ ਕੁਝ ਖੁੱਲਾ ਲੱਗਦਾ ਮੇਰੇ ਹਿਸਾਬ ਨਾਲ ਇੱਥੇ ਸ਼ੁੱਕਰਵਾਰ ਨੂੰ ਆਫ ਹੁੰਦਾ ਹੋਊਗਾ ਵੀ ਇੱਥੇ ਆਇਆ ਸੀ ਅੱਜ ਵੀ ਮੈਂ ਇੱਥੇ ਆ ਗਿਆ ਇਹਨਾਂ ਕੋਲ ਫਲਾਫਲ ਹੈਗਾ ਬਈ ਪੀਜ਼ਾ ਵੀ ਵੈਜੀਟੇਰੀਅਨ ਹੈਗਾ ਇੱਥੇ ਤਾਂ ਕੁਝ ਸਮਝ ਆ ਨਹੀਂ ਰਹੀ ਇੱਥੇ ਇੱਕ ਬਾਈ ਉਹਨੂੰ ਇੰਗਲਿਸ਼ ਆਉਂਦੀ ਸੀ ਉਹਨੇ ਸਮਝਾਤਾ ਮੈਂ ਚੱਲ ਪੀਜ਼ਾ ਸ਼ਾਮ ਨੂੰ ਦੇਖ ਲਾਂਗੇ ਹੁਣ ਫਲਾਫਲ ਹੀ ਖਾਂਦੇ ਹਾਂ 80 ਰੁਪਏ ਦਾ ਬਈ ਐਡਾ ਵੱਡਾ ਆ ਇਹਦੇ ਵਿੱਚ ਸਬਜ਼ੀਆਂ ਕੁਛ ਆ ਸਬਜ਼ੀਆਂ ਦੀ ਟਿੱਕੀ ਆ ਇੱਧਰ ਕੈਚਅਪ ਤੇ ਮੇਅਨੀਜ਼ ਆ ਇੰਨੇ ਨਾਲ ਕੰਮ ਹੋ ਜਾਣਾ ਇਹ ਪੂਰਾ ਖਾਦਾ ਵੀ ਨਹੀਂ ਜਾਂਦਾ ਇੰਨਾ ਵੱਡਾ ਹੋ ਜਾਂਦਾ ਇਹ ਫਲਾਫਲ ਖਾ ਲਿਆ ਇੱਕ ਸ਼ੇਕ ਵੀ ਲਿਆ ਗਿਆ ਢਿੱਡ ਭਰ ਗਿਆ ਮੈਂਗੋ ਸ਼ੇਕ ਸੀਗਾ ਵਿਦ ਆਈਸਕ੍ਰੀਮ ਸੀਗਾ ਤਾਂ ਹੁਣ ਚੱਲਦੇ ਹਾਂ ਗੁਰਦੁਆਰੇ ਵਾਲੇ ਪਾਸੇ ਇਰਾਨ ਚ ਨਾ ਗੂਗਲ ਮੈਪ ਦੀ ਪ੍ਰੋਬਲਮ ਆ ਗੂਗਲ ਮੈਪ ਇੱਥੇ ਇੱਕ ਮੇਰੇ ਸਾਹਮਣੇ ਗਲੀ ਦਿਖਾ ਰਿਹਾ ਪਰ ਇੱਥੇ ਕੋਈ ਗਲੀ ਨਹੀਂ ਹੈਗੀ ਅੱਗੇ ਗਲੀ ਆ ਇੱਧਰ ਮੇਰੇ ਸਾਈਡ ਤੇ ਕੋਈ ਗਲੀ ਨਹੀਂ ਜਾ ਰਹੀ ਇਹ ਪ੍ਰੋਬਲਮ ਆ ਬਈ ਥੋੜੀ ਜੀ ਮਤਲਬ ਗੂਗਲ ਮੈਪ ਐਸੇ ਵਰਕ ਕਰਦਾ ਪਰ ਇੰਨਾ ਪ੍ਰੋਪਰ ਨਹੀਂ ਜਿੰਨਾ ਮਤਲਬ ਨਾਰਮਲੀ ਇੰਡੀਆ ਚ ਜਾਂ ਕਿਤੇ ਹੋਰ ਵਰਕ ਕਰਦਾ ਜਿੰਨੇ ਵੀ ਮੋਟਰਸਾਈਕਲ ਆ ਨਾ ਸਾਰੇ ਆ ਲਾ ਕੇ ਰੱਖਦੇ ਆ ਦੇਖੋ ਅੱਗੇ ਮੋਟਰਸਾਈਕਲਾਂ ਤੇ ਲੱਗਿਆ ਹੋਇਆ ਅਸ਼ੀਸ਼ਾ ਜਾ ਕੋਈ ਵਿਰਲਾ ਮੋਟਰਸਾਈਕਲ ਹੀ ਮਿਲੂਗਾ ਜਿਵੇਂ ਉਹ ਦੇਖੋ ਅੱਗੇ ਖੜਾ ਅਪਾਚੀ ਇਹਦੇ ਨਹੀਂ ਲੱਗਿਆ ਹੋਇਆ ਲਗਭਗ ਸਾਰੇ ਹੀ ਲਾ ਕੇ ਰੱਖਦੇ ਔਰ ਕਈ ਤਾਂ ਉੱਤੇ ਉਹ ਛਤਰੀ ਜੀ ਵੀ ਲਾ ਕੇ ਰੱਖਦੇ ਉਹ ਜਿਵੇਂ ਸਾਹਮਣੇ ਲੱਗੀ ਹੋਈ ਆ ਵੀ ਧੁੱਪ ਨਾ ਲੱਗੇ ਇਹ ਸਿਸਟਮ ਵਧੀਆ ਕਿਉਂਕਿ ਗਰਮੀ ਕਾਫੀ ਜ਼ਿਆਦਾ ਹੁੰਦੀ ਹੈ ਵੀ ਇੱਥੇ ਅੱਜ ਵੀ ਟੈਂਪਰੇਚਰ 40 ਡਿਗਰੀ ਤੋਂ ਉੱਤੇ ਆ ਮੈਂ ਹੁਣ ਇੱਕ ਘੰਟਾ ਡੇਢ ਘੰਟਾ ਪਹਿਲਾਂ ਹੀ ਦੇਖਿਆ ਸੀ 39 ਤਾਂ ਉਦੋਂ ਹੀ ਸੀਗਾ ਹੁਣ ਤਾਂ ਹੋਰ ਜ਼ਿਆਦਾ ਧੁੱਪ ਚੜ ਗਈ ਆ ਗਈ ਵੀ ਮੈਸਬਾ ਸਟਰੀਟ ਤੋਂ ਹੀ ਮੁੜਨਾ ਆਪਾਂ ਇੱਥੇ ਹੀ ਆ ਕਿਤੇ ਮੈਸਬਾ ਸਟਰੀਟ ਤੋਂ ਮਤਲਬ ਥੋੜ੍ਹਾ ਅੱਗੇ ਜਾ ਕੇ 100-200 ਮੀਟਰ ਮੈਂ ਤੁਹਾਨੂੰ ਸ਼ੀਆ ਮੁਸਲਿਮ ਦੀ ਗੱਲ ਦੱਸਦਾ ਇਹ ਕੰਟਰੀ ਸ਼ੀਆ ਮੁਸਲਿਮ ਮੈਜੋਰਿਟੀ ਆ ਇਹ ਸ਼ਾਇਦ ਮੁੱਛਾਂ ਨਹੀਂ ਕਟਵਾਉਂਦੇ ਇੱਥੇ ਮੈਂ ਕਿਸੇ ਨੇ ਨਾ ਮੁੱਛਾਂ ਕੱਟੀਆਂ ਨਹੀਂ ਦੇਖੀਆਂ ਜਿਹਨੇ ਦਾੜੀ ਵੀ ਰੱਖੀ ਆ ਤਾਂ ਨਾਰਮਲ ਆਪਣੇ ਵਾਂਗੂ ਮੁੱਛਾਂ ਵੀ ਰੱਖੀਆਂ ਤੇ ਦਾੜੀ ਵੀ ਰੱਖੀ ਆ ਸਾਰੀ ਮਾਰਕੀਟ ਖੁੱਲੀ ਆ ਬਈ ਅੱਜ ਸੰਡੇ ਦਾ ਕੋਈ ਫਰਕ ਨਹੀਂਗਾ ਪੂਰੀ ਖੁੱਲੀ ਆ ਮਾਰਕੀਟ ਮੈਂ ਥੋੜੀ ਨੇੜੇ ਨਿਗਾਹ ਵੀ ਮਾਰਦਾ ਜਾਂਦਾ ਕਿਉਂਕਿ ਜ਼ਿਆਦਾਤਰ ਇੱਦਾਂ ਹੀ ਹੁੰਦਾ ਕਿ ਜਿੱਥੇ ਇੱਦਾਂ ਘੱਟ ਸਿੱਖ ਹੋਣ ਨਾ ਉੱਥੇ ਉਹਨਾਂ ਦੇ ਨੇੜੇ ਤੇੜੇ ਉਹਨਾਂ ਦੀਆਂ ਦੁਕਾਨਾਂ ਵਗੈਰਾ ਵੀ ਹੁੰਦੀਆਂ ਘਰ ਮਤਲਬ ਕੰਮ ਧੰਦਾ ਹੁੰਦਾ ਨੇੜੇ ਹੀ ਘਰ ਵੀ ਹੁੰਦੇ ਆ ਤੇ ਨੇੜੇ ਹੀ ਗੁਰਦੁਆਰਾ ਸਾਹਿਬ ਹੁੰਦਾ ਸੋ ਇੱਦਾਂ ਮੈਂ ਬਹੁਤ ਥਾਵਾਂ ਤੇ ਦੇਖਿਆ ਕਿ ਕਿਤੇ ਇੱਥੇ ਵੀ ਸ਼ਾਇਦ ਹੋਵੇ ਪਰ ਨਹੀਂ ਇੱਦਾਂ ਮੈਨੂੰ ਦਿਖਿਆ ਤਾਂ ਹੈ ਨਹੀਂ ਹਾਲੇ ਤੱਕ ਕੁਛ ਮੈਨੂੰ ਮੇਰੇ ਹਿਸਾਬ ਨਾਲ ਉੱਥੇ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਆ ਗਿਆ ਬਈ ਗੁਰਦੁਆਰਾ ਸਾਹਿਬ ਦਾ ਗੇਟ ਇਹ ਦੇਖੋ ਇੱਥੇ ਖੰਡਾ ਵੀ ਬਣਿਆ ਹੋਇਆ ਇਹ ਬਿਲਕੁਲ ਖੰਡਾ ਇਰਾਨ ਦਾ ਜਿਹੜਾ ਝੰਡੇ ਦੇ ਵਿੱਚ ਸਾਈਨ ਆ ਉਹ ਨਹੀਂ ਹੈਗਾ ਪਰ ਮੇਰੇ ਹਿਸਾਬ ਨਾਲ ਇਹਦੀ ਐਂਟਰੀ ਨਾ ਦੂਜੇ ਪਾਸਿਓਂ ਹੋਊਗੀ ਕਿਉਂਕਿ ਮੈਨੂੰ ਬੈਕ ਗੇਟ ਲੱਗਦਾ ਉਹ ਦੇਖੋ ਅੰਦਰ ਵੀ ਖੰਡਾ ਦਿਖ ਰਿਹਾ ਬਣਿਆ ਹੋਇਆ ਚਲੋ ਇੱਥੋਂ ਜਾਣ ਦੀ ਕੋਸ਼ਿਸ਼ ਕਰਦੇ ਹਾਂ ਨਹੀਂ ਤਾਂ ਫਿਰ ਬੈਕ ਸਾਈਡ ਚੱਲਾਂਗੇ ਪਰਲੇ ਪਾਸੇ ਦੀ ਉਦੋਂ ਦੀ ਐਂਟਰੀ ਕਰਾਂਗੇ ਉਹ ਤਾਂ ਗੇਟ ਬੰਦ ਪਿਆ ਕੋਈ ਖੋਲਿਆ ਨਹੀਂ ਪਰ ਮੇਰੇ ਹਿਸਾਬ ਨਾਲ ਇਹਦੀ ਕਿਸੇ ਪਿਛਲੇ ਗੇਟ ਤੋਂ ਐਂਟਰੀ ਆ ਮੈਂ ਇੱਦਾਂ ਇਹਦਾ ਇੱਕ ਰਿਵਿਊ ਪੜਿਆ ਸੀਗਾ ਉਹੀ ਦੇਖ ਕੇ ਜਾ ਰਿਹਾ ਹੁਣ ਕਿ ਸ਼ਾਇਦ ਪਿੱਛੋਂ ਕਿਤੋਂ ਐਂਟਰੀ ਹੋਵੇ ਜਾਂ ਪਰਲੇ ਪਾਸਿਓਂ ਕਿਤੋਂ ਹੋਵੇ ਪਿੱਛੇ ਤਾਂ ਕੁਛ ਆ ਗਿਆ ਯਾਰ ਇੱਧਰ ਤਾਂ ਇੱਕ ਮਾਰਕੀਟ ਬਣੀ ਹੋਈ ਆ ਹਸਪੀਟਲ ਲੱਗਦਾ ਇੱਧਰ ਕੁਛ ਇੱਥੋਂ ਦੇਖਦੇ ਹਾਂ ਸ਼ਾਇਦ ਇੱਥੋਂ ਵੀ ਹਾਂ ਬਿਲਕੁਲ ਸਤਨਾਮ ਵਾਹਿਗੁਰੂ ਇਹ ਗਲੀ ਦੇ ਵਿੱਚ ਬਈ ਹਸਪੀਟਲ ਆ ਇੱਥੇ ਕਾ ਸਾਹਮਣੇ ਦੇਖ ਲਓ ਕੀ ਲਿਖਿਆ ਹੋਇਆ ਸਮਝ ਨਹੀਂ ਆ ਰਿਹਾ ਘੁੰਮ ਕੇ ਆਉਣਾ ਤੁਸੀਂ ਇੱਧਰਲੇ ਪਾਸੇ ਐਂਟਰੀ ਆ ਇਹ ਬੈਲ ਮਾਰ ਦਿੰਦੇ ਆਪਾਂ ਕਿਹੜੀ ਵੱਜੂ ਵੀ ਪਤਾ ਨਹੀਂ ਅੰਦਰ ਆ ਗਏ ਜੀ ਉੱਤੇ ਦੇਖੋ ਨਿਸ਼ਾਨ ਸਾਹਿਬ ਲੱਗਿਆ ਹੋਇਆ ਇੱਧਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਇੱਧਰ ਬਹੁਤ ਖਾਸੀਆਂ ਸਬਜ਼ੀਆਂ ਸੁਬਜ਼ੀਆਂ ਲਾ ਰੱਖੀਆਂ ਵਾਹ ਵਾਹ
ਗੁਰਦੁਆਰਾ ਸਾਹਿਬ ਦੇ ਮੈਂ ਵਿੱਚ ਆ ਗਿਆ ਸੀਗਾ ਤੇ ਗੱਲਾਂ ਬਾਤਾਂ ਕੀਤੀਆਂ। ਬਾਈ ਹੈਗਾ ਇੱਥੇ, ਇੱਕ ਪਟਿਆਲੇ ਤੋਂ ਬਾਈ ਨੇ, ਇੱਕ ਹੁਸ਼ਿਆਰਪੁਰ ਤੋਂ ਅੰਕਲ ਜੀ ਨੇ, ਇੱਥੇ ਹੀ ਨੇ, ਇੱਥੋਂ ਦੇ ਲੋਕਲ ਸਿੱਖ ਵੀ ਹੈਗੇ ਨੇ ਜਿਹੜੇ ਇੱਥੋਂ ਦੇ ਨੇ। ਸੋ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਿਆ ਹੋਇਆ, ਮੱਥਾ ਟੇਕ ਲਿਆ ਆਪਾਂ। ਇਹ ਹਾਲ ਹੈ, ਥੱਲੇ ਲੰਗਰ ਹਾਲ ਹੈ, ਪਿੱਛੇ ਇੱਕ ਸਕੂਲ ਬਣਿਆ ਹੋਇਆ, ਕੇਂਦਰੀ ਵਿਦਿਆਲਿਆ ਗੁਰਦੁਆਰੇ ਦੀ ਜਗ੍ਹਾ 'ਚ ਹੈ, ਪਰ ਉਹ ਹੁਣ ਅੰਬੈਸੀ ਦੇ ਅੰਡਰ ਹੈ। ਗੱਲਬਾਤ ਕਰਦਿਆਂ ਪਤਾ ਲੱਗੂਗਾ। ਸੋ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਤੁੰਦ ਜਗ ਚਾਨਣ ਹੋਆ। ਸੋ ਇਹ ਗੁਰਦੁਆਰਾ ਸਾਹਿਬ ਦਾ ਬਈ ਦਰਬਾਰ ਹਾਲ ਹੈ, ਔਰ ਇੱਥੇ ਕੀਰਤਨ ਵਗੈਰਾ ਦਾ ਪ੍ਰਬੰਧ ਹੈ। ਸ਼ੁੱਕਰਵਾਰ ਨੂੰ ਪ੍ਰੋਗਰਾਮ ਹੁੰਦਾ, ਮੈਂ ਬਾਈ ਹਰਾਂ ਤੋਂ ਪੁੱਛਿਆ, ਕਿਉਂਕਿ ਇੱਥੇ ਵੀਕਐਂਡ ਸ਼ੁੱਕਰਵਾਰ ਨੂੰ ਹੁੰਦਾ, ਸ਼ੁੱਕਰਵਾਰ ਨੂੰ ਛੁੱਟੀ ਹੁੰਦੀ ਹੈ ਸਾਰਿਆਂ ਨੂੰ। ਉੱਥੇ ਭਾਜੀ ਇਹਨਾਂ ਦੇ ਆਪਾਂ ਚਾਹ ਛੱਕ ਕੇ ਇੱਧਰ ਨੂੰ ਆ ਗਏ। ਇਹ ਭਾਜੀ ਇਹਨਾਂ ਦਾ ਬੇਟਾ ਜੀ ਵੀ ਹੈ। ਨਾਮ ਕੀ ਹੈ ਤੇਰਾ? ਹੈ ਨਾਮ ਦੱਸੀ। ਹੈ ਮੈਂ ਨਾਂ ਪੁੱਛਿਆ, ਕਹਿੰਦਾ ਜੀ ਵੀ। ਹੁਣ ਚੁੱਪ ਹੋ ਗਿਆ, ਕੈਮਰਾ ਦੇਖ ਕੇ ਚੁੱਪ ਹੋਇਆ ਲੱਗਦਾ ਹੈ ਨਾ। ਬਾਏ ਜੀ। ਅੱਜ ਦਾ ਹੁਕਮਨਾਮਾ ਸਾਹਿਬ, ਤਨਾਸਰੀ ਮਹੱਲਾ ਪੰਜਵਾਂ, ਜਿਸਕਾ ਤਨ ਮਨ ਧਨ ਸਭ, ਤਿਸਕਾ ਸੋਈ ਸੁੰਗਟ ਸਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਬਿਧ ਨੀਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਹੁਣ ਚੱਲੀਏ ਆਪਾਂ ਥੱਲੇ। ਇਹ ਆ ਗਿਆ ਜੀ ਲੰਗਰ ਹਾਲ। ਇਹ ਆ ਗਿਆ ਜੀ ਪ੍ਰਸ਼ਾਦਾ। ਇੱਧਰ ਭਾਈ ਸਾਹਿਬ ਆਣੀ ਨੇ। ਸਾਡੇ ਕੋਲ ਤੁਸੀਂ ਪਹੁੰਚੇ ਹੋ ਗੁਰਦੁਆਰਾ ਭਾਈ ਗੰਗਾ ਜੀ ਸਿੰਘ ਸਭਾ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕਿੱਥੋਂ ਜੀ? ਅੰਮ੍ਰਿਤਸਰ ਤੋਂ ਜੀ। ਠੀਕ ਹੈ ਜੀ, ਠੀਕ ਹੈ। ਚਲੋ, ਤੁਹਾਨੂੰ ਕਿੰਨੇ ਚਿਰ ਹੋ ਗਿਆ ਜੀ ਇੱਥੇ? 5 ਸਾਲ ਹੋ ਗਏ ਜੀ। ਭਾਈ ਸਾਹਿਬ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ? ਮੈਨੂੰ ਵੀਰ ਜੀ 1.5 ਸਾਲ ਹੋ ਗਿਆ ਜੀ। 1.5 ਸਾਲ ਹੋ ਗਏ ਜੀ। ਤੇ ਇਹ ਗੁਰੂ ਘਰ ਭਾਜੀ ਤੁਹਾਨੂੰ ਪਤਾ ਵੀ ਕਿੰਨਾ ਪੁਰਾਣਾ ਇੱਥੇ ਇਰਾਨ ਦੇ ਵਿੱਚ, ਤਹਿਰਾਨ 'ਚ, ਇਹੀ ਵਾਲਾ? 50 ਸਾਲ ਹੋ ਗਏ। 50 ਸਾਲ ਪੁਰਾਣਾ ਜੀ। ਇੱਥੇ ਕੋਈ ਹੋਰ ਗੁਰਦੁਆਰਾ ਸਾਹਿਬ ਵੀ ਹੈਗਾ ਜੀ ਇਰਾਨ 'ਚ? ਨਹੀਂ, ਇਹ ਕੋਈ ਗੁਰਦੁਆਰਾ ਸਾਹਿਬ ਨਹੀਂ। ਠੀਕ ਹੈ ਜੀ। ਜਿਹੜਾ ਉਹ ਦੂਜਾ ਸ਼ਹਿਰ ਹੈ ਜ਼ੈਦਾਨ, ਜ਼ੈਦਾਨ ਦੇ ਵਿੱਚ ਵੀ ਸਿੰਘ ਸਭਾ ਹੈ ਜੀ, ਗੁਰਦੁਆਰਾ ਸਾਹਿਬ ਹੈ ਜੀ। ਠੀਕ ਹੈ ਜੀ। ਦੋ ਗੁਰਦੁਆਰੇ ਆ ਪੂਰੇ ਇਰਾਨ 'ਚ, ਹੋਰ ਕੋਈ ਨਹੀਂ ਹੈ? ਨਹੀਂ। ਠੀਕ ਹੈ ਜੀ। ਇੱਥੇ ਕਿੰਨੀ ਕੁ ਸੰਗਤ ਆ ਜਾਂਦੀ ਹੈ ਭਾਜੀ ਡੇਲੀ? ਸੰਗਤ ਵੀਰ ਜੀ ਇੱਥੇ ਮੇਕਲ 40 ਦੇ ਲਾਗੇ ਚਾਗੇ ਪਰਿਵਾਰ ਹੈਗੇ ਆ। 40 ਪਰਿਵਾਰ? ਹਾਂਜੀ, 40 ਪਰਿਵਾਰ ਹੈਗੇ ਆ। ਤੇ ਉਹਦੇ ਵਿੱਚ ਜਿਵੇਂ ਸ਼ੁੱਕਰਵਾਰ ਦਾ ਜੋ ਵੀਕਐਂਡ ਦਾ ਦੀਵਾਨ ਹੁੰਦਾ, ਠੀਕ ਹੈ ਜੀ, ਉਹਦੇ ਵਿੱਚ ਸੰਗਤ ਕਾਫੀ ਆ ਜਾਂਦੀ ਹੈ। ਠੀਕ ਹੈ ਜੀ। ਤੇ ਬਹੁਤ ਪ੍ਰੇਮ ਭਾਵਨੀ ਵਾਲੀ ਸੰਗਤ ਹੈ ਸਾਰੀ। ਹਾਂਜੀ, ਆਪ ਗੁਰਬਾਣੀ ਪੜ੍ਹਨ ਵਾਲੇ ਨੇ ਸਾਰੇ। ਠੀਕ ਹੈ ਜੀ। ਬਹੁਤ ਪੁਰਾਣੇ ਜਿਹੜੇ ਮਤਲਬ ਭਾਈ ਮੱਖਣ ਸਿੰਘ ਜੀ ਸਾਡੇ ਇੱਥੇ ਦੇ ਹੈਡ ਗ੍ਰੰਥੀ ਸੀ। ਠੀਕ ਹੈ ਜੀ। ਪਹਿਲੇ ਸਮੇਂ ਦੇ ਵਿੱਚ, ਤੇ ਉਹਦੇ ਵਿੱਚ ਫਿਰ ਉਹਨਾਂ ਨੇ ਕਾਫੀ ਸੰਗਤ ਨੂੰ ਪ੍ਰੇਰਿਆ, ਗੁਰਬਾਣੀ ਦੇ ਨਾਲ ਜੋੜਿਆ, ਤੇ ਕਾਫੀ ਸੰਗਤ ਇੱਥੇ ਗੁਰਬਾਣੀ ਆਪ ਪੜ੍ਹ ਲੈਂਦੇ ਨੇ, ਕੀਰਤਨ ਵੀ ਕਰ ਲੈਂਦੇ ਨੇ। ਜਿਹੜੀ ਇੱਥੇ ਸੰਗਤ ਆ ਭਾਜੀ, ਉਹ ਸਾਰੀ ਇੱਥੋਂ ਦੀ ਇਰਾਨ ਦੀ ਸਿਟੀਜ਼ਨ ਆ ਜਾਂ ਇੰਡੀਆ ਦੇ ਸਿਟੀਜ਼ਨ ਵੀ ਹੈਗੇ ਆ? ਇੱਥੋਂ ਦੇ ਲੋਕਲ ਸਿਟੀਜ਼ਨ ਵੀ ਹੈਗੇ ਆ? ਲੋਕਲ ਸਿਟੀਜ਼ਨ ਵੀ ਹੈਗੇ ਨੇ ਵੀਰ ਜੀ। ਠੀਕ ਹੈ। ਜਿਹੜੇ ਸਿੱਖ, ਜਿਹੜੇ ਜੰਮਪਲ ਇੱਥੋਂ ਦੇ? ਹਾਂਜੀ ਹਾਂਜੀ। ਠੀਕ ਹੈ। ਜਿਹੜੇ ਇੱਥੋਂ ਦੇ ਜੰਮਪਲ ਨੇ, ਠੀਕ ਹੈ, ਅੱਜ ਤੋਂ ਬਾਅਦ ਜਿਹੜੀ ਸੰਗਤ ਆ ਉਹ ਜ਼ੈਦਾਨ ਤੋਂ ਹੀ ਆਈ ਹੈ। ਠੀਕ ਹੈ। ਉਹਨਾਂ 'ਚੋਂ ਆਪਾਂ ਨੂੰ ਕੋਈ ਸਿੱਖ ਨੂੰ, ਆਪਾਂ ਕਿਸੇ ਸਿੰਘ ਨੂੰ ਮਿਲਣਾ ਹੋਵੇ ਜਿਹੜੇ ਇੱਥੋਂ ਦੇ ਲੋਕਲ ਹੋਣ, ਮਿਲ ਜਾਣ? ਉਹ ਕਿਸ ਟਾਈਮ? ਸ਼ਾਮ ਨੂੰ? ਹਾਂ, ਉਹ ਸ਼ਾਮ ਨੂੰ ਤੁਹਾਨੂੰ ਮਿਲ ਸਕਦੇ ਨੇ, ਸ਼ਾਮ ਨੂੰ ਜਦੋਂ ਰਹਿਰਾ ਸਾਹਿਬ ਦਾ ਪਾਠ ਤੋਂ ਬਾਅਦ ਹੈ ਨਾ, ਉਦੋਂ ਆਪਾਂ ਗੱਲਬਾਤ ਕਰਾਂਗੇ। ਸੋ ਇੱਧਰ ਇੱਕ ਪਿੱਛੇ ਸਕੂਲ ਵੀ ਤੁਸੀਂ ਦੱਸ ਰਹੇ ਸੀਗੇ ਹੈਗਾ? ਹਾਂਜੀ, ਇਹ ਜਿਹੜਾ ਪਿੱਛੇ ਸਕੂਲ ਹੈਗਾ, ਹਾਂਜੀ, ਆਪਣੇ ਗੁਰੂ ਘਰ ਦਾ ਇੰਡੀਅਨ ਅੰਬੈਸੀ ਦਾ ਸਕੂਲ ਹੈਗਾ। ਠੀਕ ਹੈ ਜੀ। ਤੇ ਇੱਥੇ ਵੀ ਆਪਣੇ ਸਿੱਖ ਭਾਈਚਾਰੇ ਦੇ ਕਾਫੀ ਬੱਚੇ ਪੜ੍ਹਦੇ ਨੇ ਇੱਥੇ। ਲੋਕਲ ਇਰਾਨੀਅਨ ਬੱਚੇ ਵੀ ਪੜ੍ਹਦੇ ਆ ਜੀ? ਹਾਂਜੀ, ਲੋਕਲ ਇਰਾਨੀਅਨ ਵੀ ਨੇ। ਤੇ ਭਾਸ਼ਾ ਕਿਹੜੀ ਕਿਹੜੀ ਪੜ੍ਹਾਈ ਜਾਂਦੀ ਹੈ ਇੱਥੇ? ਆਪਣਾ ਇੱਕ ਤੇ ਫਾਰਸੀ ਜੋ ਆਪਣੀ ਇੱਥੋਂ ਦੀ ਲੈਂਗੁਏਜ ਹੈਗੀ ਹੈ, ਹਾਂਜੀ, ਤੇ ਇੰਗਲਿਸ਼ ਵਗੈਰਾ, ਪੰਜਾਬੀ ਵੀ ਹੈਗੀ ਹੈ। ਪੰਜਾਬੀ ਵੀ? ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਵੀ ਇੱਥੇ ਪੰਜਾਬੀ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ। ਚਲੋ ਆਪਾਂ ਇਸ ਸਕੂਲ ਦੇ ਦਰਸ਼ਨ ਕਰਕੇ ਆਉਂਦੇ ਹਾਂ। ਛੇ ਸਕੂਲ ਬਣਿਆ, ਸਕੂਲ ਦਾ ਨਾਮ ਕੀ ਹੈ ਭਾਈ ਸਾਹਿਬ ਜੀ? ਕੇਂਦਰੀ ਵਿਦਿਆਲਿਆ। ਅੱਛਾ ਜੀ, ਚਲੋ ਜੀ, ਆ ਗਿਆ ਜੀ ਸਕੂਲ ਦਾ ਗਰਾਊਂਡ ਆ ਗਿਆ। ਇਹ ਸਕੂਲ ਦੀ ਬਿਲਡਿੰਗ ਹੈ ਜੀ ਇਹ ਸਾਰੀ? ਸੋ ਇਹ ਹੈ ਜੀ ਸਕੂਲ, ਕੇਂਦਰੀ ਵਿਦਿਆਲਿਆ, ਹੈ ਨਾ ਨਾਮ ਦੱਸਿਆ ਤੁਸੀਂ? ਠੀਕ ਹੈ ਜੀ। ਇੱਥੇ ਇਰਾਨੀਅਨ ਬੱਚੇ ਵੀ ਪੜ੍ਹਦੇ ਆ, ਆਪਣੇ ਸਿੱਖ ਪਰਿਵਾਰ ਦੇ ਵੀ, ਹਿੰਦੂ ਪਰਿਵਾਰ ਵੀ ਹੋਣਗੇ ਭਾਜੀ ਇੱਥੇ? ਹਿੰਦੂ ਪਰਿਵਾਰ ਦੇ ਬੱਚੇ ਵੀ ਪੜ੍ਹਦੇ ਨੇ, ਅੰਬੈਸੀਆਂ ਦੇ ਵਿੱਚ ਰਹਿੰਦੇ ਨੇ ਬੱਚੇ। ਅੱਛਾ, ਉਹ ਸਾਰੇ ਇੱਥੇ ਪੜ੍ਹਦੇ? ਜੌਬਸ ਕਰਦੇ ਨੇ? ਹਾਂਜੀ, ਉਹ ਫਿਰ ਇੱਥੇ ਹੀ ਉਹਨਾਂ ਦੇ ਬੱਚੇ ਪੜ੍ਹਦੇ ਨੇ ਸਾਰੇ। ਆਪਣੇ ਇੰਡੀਆ ਤੋਂ ਟੀਚਰਸ ਵੀ ਕਾਫੀ ਇੱਥੇ ਪੜਾਉਣ ਆਏ ਹੋਏ ਨੇ। ਪ੍ਰਿੰਸੀਪਲ ਜੀ ਨੇ ਉਹ ਇੰਡੀਆ ਤੋਂ। ਕਿੰਨੇ ਕੁ ਬੱਚੇ ਹੋਣਗੇ ਭਾਜੀ ਸਕੂਲ 'ਚ ਇਸ ਟਾਈਮ, ਮਤਲਬ ਪੜ੍ਹਦੇ ਹੋਣਗੇ ਜਿਹੜੇ? ਮੈਕਸੀਮਮ ਆਪਾਂ ਕਹਿ ਸਕੀਏ ਵੀ ਇਸ ਟਾਈਮ ਛੁੱਟੀਆਂ ਨੇ, ਹਾਂਜੀ, ਮੇਰੇ ਖਿਆਲ 7-8 ਸੌ ਬੱਚਾ ਪੜ੍ਹਦਾ ਸਕੂਲ 'ਚ। ਬਹੁਤ ਉਹ ਬਣ ਜਾਂਦਾ ਭਾਜੀ, ਹੈ ਨਾ। ਅੱਛਾ, ਇਰਾਨੀਅਨ ਬੱਚੇ ਵੀ ਪੜ੍ਹਦੇ ਨੇ? ਹੈ, ਇੱਕ ਆਪਣੀਆਂ ਇੰਡੀਆ ਦੀਆਂ ਕੰਪਨੀਆਂ ਬਹੁਤ ਆ, ਤਾਂ ਪਤਾ ਨਹੀਂ ਕਿੱਥੋਂ ਦੀ ਆ, RTVS ਬਜਾਜ, ਹੈ ਨਾ, ਬਹੁਤ ਆ ਇੱਥੇ।
बाकी प्यूगोट दी गड्डियां है इत्थे। केंद्रीय विद्यालय तेहरान एम्बेसी ऑफ इंडिया स्कूल, ये स्कूल है जी। सत श्री अकाल जी। ये देखो जी भारत के प्रधानमंत्री नरेंद्र मोदी कुछ अंबैसडर होंगे, ये भी शायद अंबैसडर या कोई ऑफिशियल्स होंगे। अटल बिहारी वाजपेयी जी है ना, उस टाइम आए थे है ना। आ कौन है जी? यही भी अपने विजिटर मिनिस्टर एक्सटर्नल अफेयर ऑफ इंडिया होनवर श्री नटवर सिंह, श्री नटवर सिंह जी हो गए जी। तो ये ऑफिस आ गए जी। उधर सामने गुरु नानक देव महाराज का सरूप लग्या हुआ जी, बाकी इधर सारिया फोटो लगे हुई हैं जी। हैलो टॉपर्स ने बी इतों के तो भी अंदर गए आप प्रिंसीपल मैडम नाल गल्लां बातां कीतियां, वधिया लग्या। CBSE बोर्ड स्कूल है, बाकी गलबात आप बाहर चल के करते हैं। वैसे छुट्टियां चल रही हैं पर थोड़े बहुत बच्चे इतने है ये, मतलब वैसे ही बच्चे ट्यूशन तक पढ़ना आ जाते ट्यूशन स्पेशली भाजी का वड्डा बेटा जी है। आप मैडम नाल भी गलबात करके, CBSE बोर्ड स्कूल है, केंद्रीय विद्यालय और एम्बेसी ऑफ इंडिया का स्कूल है, गुरुद्वारा साहब है, गुरुद्वारा साहब की मतलब बिच ही हैगा, पर यह मेन गेट है जो दूजे पास है स्कूल का। तो मैडम ने दसिया इतने पंजाबी पढ़ाई जाती है, पैरसियन भी पढ़ाई जाती है, और पैरसियन जी फारसी कहने जिन्होंने आप, और इंग्लिश तो हिंदी तो हैगी है, हाँ फ्रेंच भी पढ़ाई जाती है। सो फ्रेंच भी इतने पढ़ाई जाती है। सो ये देख के काफ़ी वधिया लग्या, और 500-700 बच्चा इतने पढ़ता है, क्योंकि जिन्हें इंडियन परिवार कोई किसी का बिजनेस है या कुछ रहिंदे ने इतने, प्लस जो फैमिली सिख फैमिलीज इतने ने या हिंदू फैमिलीज इतने ने उन्होंने बच्चे इतने पढ़ते हैं। ईवन ईरानियन बच्चे भी इतने पढ़ते हैं, क्योंकि CBSE बोर्ड हो गया या ICSE बोर्ड, जो इंडियन बोर्ड्स ने ना इन्हों की इंग्लिश का जो लैवल है वो काफ़ी वधिया, मैडम भी जिदा दस रही थी, और यह गल मैं भी एग्री करता इस गल नाल। सो ता करके बहुत सारे जिहड़े बच्चे आ उह CBSE बोर्ड दे सर्टिफिकेट लैना चाहुंदे। सो मतलब मेरे हिसाब नाल बहुत बेस्ट आ, ईरान दे विच तेहरान दे विच इक बेस्ट ऑप्शन मिली हुई है। मूल संगतां नूं बेनती कीती जांदी है, धन धन श्री गुरु हरकृष्ण साहिब जी दे प्रकाश गुरपुरब नूं मुख रखदे हुए तेहरान दीआं समूह संगतां दे सहयोग नाल 14-7-2023 दिन शुक्रवार नूं गुरुद्वारा साहिब विखे सुखमनी साहिब दे पाठ अते शब्द कीर्तन करवाए जा रहे ने। इह 14 तरीक नूं आ बई गुरुद्वारा साहिब जी। अकाउंट बैंक जिहड़ा हैगा मेरे हिसाब नाल इंटरनेशनल पेमेंटां तां इत्थे हुंदीआं नहीं होणीआं, पता नहीं इत्थे लिखिआ होइआ। हांजी इह गुरुद्वारा साहिब दा अकाउंट नंबर है ना जी? ठीक है जी, इह देख सकदे हो तुसीं। इधर बाई हरी भी सारे आ गए। बाई की नाम थोड़ा? मेरा नाम कुलवीर सिंह। बाई थोड़ा? चंदन यादव। तुसी कित्थों? यूपी। ए यूपी तो? तुसी? प्रमोद यादव। यूपी तो? मुंबई तो। मेरा नाम इंद्रजीत सिंह, पटियाले तो। ए बाई भी पटियाले तो है बाई। ते चलो इधर आ सारा कुछ। ए ला रखे है सब्जियां? सब्जियां भी बाई? ए अंजीर है? अंजीर है बाई? अच्छा जी, मैं पहली बार देखा जिंदगी, मैं नहीं अंजीर देखी बाई। अंजीर ऐदा लगती है बाई, देख लो आ लगियां भी पई है, ये कच्चियां। आ सारा कुछ लाया पाया। इधर आ बई गेट एक, जिहड़ी गूगल लोकेशन दिखाउंदा इस गेट की दिखाउंदा, ये परले पासे बाहर आके खत्म हो जांदी, पर ये खुला नहीं हुंदा। जिहड़ा गेट खुला वह परले पासे वाला, मतलब इदा घूम के इधरले पासे आना पैंदा। सो ये गुरुद्वारा साहब जी, उत्ते देखो निशान साहब लग्या होया, खंडा लग्या होया, जिहड़ा इन्हां दे बई झंडे दे विच है ना, ईरान दे झंडे दे विच आ, वह खंडे दा भुलेखा पाउंदा इंडियन ने लोग भी जेडे ना। ग्रीन क्लीनिक दे सामने गेट है गुरुद्वारा साहब बारों आ बई। ते हुण शाम नूं आपां मिलांगे, शाम नूं रहरा साहब दे पाठ होणगे, कीर्तन होऊगा, उदों आपां मिलांगे। लॉबी समाप्ति हो गई है, लाइटां हो गई बंद, हुण चल थले लंगर हाल च प्रशादा तैयार आ, छकदे आ। शाम की समाप्ति लगभग 8:30-9 बजे होंदी है कीर्तन की, रहरा साहब पाठ तो बाद कीर्तन की समाप्ति, फिर उस तो बाद 16 साहब का पाठ, फिर प्रशादा जी। बोलिए कि चुप हो जी, चुप किवें चुप करा रहे थे? लंगर हाल च कहना चुप कर जी। आ गया शाम का प्रशादा, छक लिए फिर गलबात करांगे। समाप्ति तो बाद प्रशादा छक के आप आ गए बाहर, तो इतने बहर भाजी नाल बैठ के गलबात करते हैं। आप वाहगुरु जी का खालसा, वाहगुरु जी की फतेह जी। वाहगुरु खालसा जी, वाहगुरु फतेह। भाजी नाम की है जी थोड़ा? मेरा नाम अमरदीप सिंह है जी। इतों के रहने वाले हो जी? ਅਸੀਂ ਸ਼ੁਰੂ ਤੋਂ ਜੰਮਪਾਲੀ ਸਾਡੇ ਈਰਾਨ ਦੀ ਹੈ ਜੀ। ਈਰਾਨ ਦੀ ਕਿਹੜੇ ਸ਼ਹਿਰ ਦੀ ਜੀ? ਜ਼ੈਦਾਨ ਦੀ ਜੀ। ਜ਼ੈਦਾਨ ਦੀ? ਹਾਂਜੀ।
ਇੱਥੋਂ ਕਿੰਨਾ ਦੂਰ ਹੈ ਜੀ? ਉਹ ਇੱਥੋਂ ਹੈਗਾ 1700 ਕਿਲੋਮੀਟਰ ਮੇ ਵੀ ਪਾਕਿਸਤਾਨ ਬਾਰਡਰ ਦੇ ਨੇੜੇ। ਪਾਕਿਸਤਾਨ ਬਾਰਡਰ ਦੇ ਨੇੜੇ ਜਿੰਨੇ ਵੀ ਇੱਥੇ ਇੰਡੀਅਨ ਕਮਿਊਨਿਟੀ ਹੈਗੀ ਉਹ ਜ਼ੈਦਾਨ ਤੋਂ ਮਾਈਗ੍ਰੇਟ ਹੋਈ ਹੈ ਤਹਿਰਾਨ। ਇੱਥੇ ਆਇਆ ਜੀ ਸਰ? ਉੱਥੇ ਜ਼ੈਦਾਨ ਕਦੋਂ ਆਏ ਸੀਗੇ ਜੀ? ਜ਼ੈਦਾਨ ਸਾਡੇ ਦਾਦਾ ਜੀ ਆਏ ਸੀ ਜੀ, ਇਰਾਨੀਅਨ ਡੇਟ 1301 ਸਾਲ ਵਿੱਚ, ਮਤਲਬ ਹੋ ਗਿਆ 100 ਸਾਲ। ਅੱਛਾ, ਇਰਾਨੀਅਨ ਡੇਟ ਉਦਾਂ ਕਿੰਨੀ ਬਣੀ ਜੀ? ਅੱਜ 1923 ਹਾਂਜੀ। ਉਹ ਸਿੱਧਾ ਜ਼ੈਦਾਨ ਹੀ ਆਏ ਸੀ? ਜ਼ੈਦਾਨ ਕਿਉਂਕਿ ਪਾਕਿਸਤਾਨ ਬਾਰਡਰ ਦੇ ਨਾਲ ਸੀ। ਠੀਕ ਹੈ ਜੀ। ਤੇ ਸ਼ੁਰੂ ਤੋਂ ਹੀ ਉਹ ਉੱਥੇ ਆ ਗਏ ਸਨ, ਕਾਫੀ ਇੰਡੀਅਨ ਉੱਥੇ ਸਨ। ਠੀਕ ਹੈ। ਉੱਥੇ ਘੱਟ ਤੋਂ ਘੱਟ 150-200 ਫੈਮਿਲੀ ਸੀ, ਅੱਜ ਦੀ ਡੇਟ ਚ ਉੱਥੇ 10 ਫੈਮਿਲੀਆਂ ਰਹਿ ਗਈਆਂ ਨੇ। ਠੀਕ ਹੈ। ਉਹ ਸਾਰੇ ਕਿੱਥੇ ਗਏ ਜੀ? ਉਹ ਸਾਰੇ ਕੁਛ ਇੰਡੀਆ ਚਲੇ ਗਏ, ਕੋਈ ਲੰਡਨ ਚਲੇ ਗਏ, ਕੋਈ ਦੁਬਈ ਚਲੇ ਗਏ, ਬਟ ਕਾਫੀ ਲੋਕ ਮਤਲਬ ਚਲੇ ਗਏ ਤਕਰੀਬਨ। ਠੀਕ ਹੈ। ਬੱਚੇ ਵੱਡੇ ਹੋ ਗਏ, ਬਿਜ਼ਨਸ ਸਾਰੇ ਨੇ ਮਤਲਬ ਹਾਂਜੀ ਬਾਹਰ ਸਾਈਡ ਤੇ ਨਿਕਲ ਗਏ ਨੇ ਇਰਾਨ, ਕਿਉਂਕਿ ਬਾਰਡਰ ਤੇ ਪਾਕਿਸਤਾਨ ਬਾਰਡਰ ਦੇ ਨਾਲ ਪਹਿਲਾ ਸ਼ਹਿਰ ਜ਼ੈਦਾਨ ਪੈਂਦਾ ਸੀ। ਹਾਂਜੀ। ਤੇ ਸਾਰੇ ਜ਼ੈਦਾਨ ਤੇ ਹੀ ਸ਼ੁਰੂ ਤੋਂ ਹੀ ਉੱਥੇ ਹੀ ਰਹਿਣਾ ਸ਼ੁਰੂ ਕੀਤਾ। ਸਾਡਾ ਗੁਰਦੁਆਰਾ ਸਾਹਿਬ ਹੈ, ਇੰਡੀਅਨ ਕੌਂਸਲੇਟ ਹੈ, ਇੰਡੀਅਨ ਸਕੂਲ ਹੈ ਉੱਥੇ। ਠੀਕ ਹੈ ਜੀ। ਬਟ ਹੁਣ ਕਿਉਂਕਿ ਬੱਚੇ ਹੁਣ ਨਾ ਕਰਕੇ ਸਕੂਲ ਮਤਲਬ ਨਾ ਦੇ ਬਰਾਬਰ ਹੈ, ਬਟ ਇੰਡੀਅਨ ਕੌਂਸਲੇਟ ਚੱਲ ਰਹੀ ਹੈ। ਠੀਕ ਹੈ ਜੀ। ਤੇ ਗੁਰਦੁਆਰਾ ਸਾਹਿਬ ਵੀ ਆਪਣਾ ਚੱਲ ਰਿਹਾ ਉੱਥੇ, ਆਪਣੀ ਸਿੱਖ ਕਮਿਊਨਿਟੀ ਹੀ ਜਿਹੜੇ 10 ਘਰ ਨੇ ਉਹੀ ਉਹ ਸੰਭਾਲ ਰਹੇ ਨੇ ਫਿਲਹਾਲ। ਠੀਕ ਹੈ ਜੀ। ਠੀਕ। ਤੁਸੀਂ ਸਿਟੀਜ਼ਨ ਇੱਥੋਂ ਦੇ ਹੋ ਜਾਂ ਇੰਡੀਆ ਦੇ? ਨਹੀਂ ਜੀ, ਮੇਰੇ ਕੋਲ ਇੰਡੀਅਨ ਪਾਸਪੋਰਟ ਹੈ। ਇੰਡੀਅਨ ਸਿਟੀਜ਼ਨ ਹੋ। ਠੀਕ ਹੈ। ਇੱਥੇ ਇਰਾਨੀਅਨ ਸਿਟੀਜ਼ਨ ਵੀ ਹੋਣਗੇ ਸਿੱਖ? ਹਾਂਜੀ, ਸਿੱਖ। ਕਿੰਨੇ ਕਿੰਨੇ ਜੀ? ਦੇਖੋ ਤਹਿਰਾਨ ਵਿੱਚ ਹੋਣਗੇ 25-30 ਬੰਦੇ ਜਿਨ੍ਹਾਂ ਕੋਲ ਇਰਾਨੀਅਨ ਪਾਸਪੋਰਟ ਹੈ। ਹਾਂਜੀ। ਠੀਕ ਹੈ ਜੀ। ਠੀਕ ਹੈ। ਉਦਾਂ ਇੱਥੇ ਮੰਦਰ ਵੀ ਹੈ ਜੀ ਕੋਈ? ਮੰਦਰ ਨਹੀਂ ਹੈਗਾ ਜੀ, ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਹੈ। ਹੋਰ ਹਿੰਦੂ ਫੈਮਿਲੀਆਂ ਕਿੰਨੀਆਂ ਹੋਣਗੀਆਂ ਜੀ ਇੱਥੇ? ਹਿੰਦੂ ਫੈਮਿਲੀਜ਼ ਦੇਖੋ ਜੀ, ਪਹਿਲੇ ਤੇ ਕਾਫੀ ਸਨ। ਠੀਕ ਹੈ। ਗਿਣੀਆਂ ਚੁੜੀਆਂ ਰਹਿ ਗਈਆਂ ਨੇ, 5-7 ਫੈਮਿਲੀਆਂ ਰਹਿ ਗਈਆਂ ਨੇ ਜੋ ਪਰਮਨੈਂਟ ਨੇ, ਬਾਕੀ ਦੇਖੋ ਅੰਬੈਸੀਸ ਵਾਲੇ ਹੈਗੇ ਨੇ, ਬਟ ਉਹ ਵੀ 3 ਸਾਲ ਬਾਅਦ ਉਹਨਾਂ ਦੀ ਟ੍ਰਾਂਸਫਰ ਹੋ ਜਾਂਦੀ ਹੈ। ਠੀਕ ਹੈ। ਮਤਲਬ ਆਪਦੇ ਜੌਬ ਲਈ ਆਉਂਦੇ ਨੇ ਇਕਦਾਂ। ਠੀਕ ਹੈ। ਇੰਡੀਅਨ ਸਕੂਲ ਹੈ ਆਪਣਾ ਇੱਥੇ ਜਿਹੜਾ ਕੇਂਦਰੀ ਵਿਦਿਆਲਿਆ। ਹਾਂਜੀ। ਉਸ ਵਿੱਚ ਵੀ ਆਪਣੇ ਸਿੱਖ ਕਮਿਊਨਿਟੀ ਦੇ 25-26 ਬੱਚੇ ਹੈਗੇ ਨੇ ਬਸ। ਠੀਕ। ਬਟ ਸਕੂਲ ਚੱਲ ਰਿਹਾ ਫੁੱਲ ਫਲੈਜ, ਕਿਉਂਕਿ ਹੋਰ ਅੰਬੈਸੀਸ ਦੇ ਬੱਚੇ ਹੈ ਨੇ। ਹਾਂਜੀ। ਬਟ ਸਾਡੀ ਇੰਡੀਅਨ ਕਮਿਊਨਿਟੀ ਦੇ 25-26 ਬੱਚੇ ਨੇ ਬਸ। ਠੀਕ ਹੈ ਜੀ। ਤੇ ਬਾਕੀ ਇਹ ਦੇਸ਼ ਸਿੱਖਾਂ ਲਈ ਕਿੱਦਾਂ ਜੀ? ਠੀਕ ਹੈ ਜੀ, ਬਹੁਤ ਵਧੀਆ ਜੀ। ਸਿੱਖਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੇ। ਠੀਕ ਹੈ ਜੀ। ਕਿਉਂਕਿ ਅਸੀਂ ਸ਼ੁਰੂ ਤੋਂ ਇੱਥੇ ਰਹਿੰਦੇ ਹਾਂ। ਹਾਂਜੀ। ਸਾਡੀ ਪੱਗ ਦੀ ਬਹੁਤ ਰਿਸਪੈਕਟ ਹੈ। ਹਾਂਜੀ। ਇੱਥੇ ਪਗੜੀ ਮੈਂ ਵੀ ਦੇਖਿਆ ਜੀ। ਹਾਂਜੀ। ਟੂਰਿਸਟ ਨੂੰ ਦੇਖ ਕੇ ਨਾ ਮੈਂ ਵੀ ਜਾਣਾ ਬਾਹਰ ਦਾ, ਕਾਫੀ ਵਧੀਆ ਟ੍ਰੀਟ ਕਰਦੇ। ਅਸੀਂ ਤੇ ਹੁਣ ਦੇਖੋ ਦਾਦਾ ਜੀ ਦੇ ਟਾਈਮ ਤੋਂ ਇੱਥੇ ਰਹਿ ਰਹੇ ਹਾਂ। ਹਾਂਜੀ। ਕੋਈ ਵਾਹਿਗੁਰੂ ਦੀ ਮਿਹਰ ਨਾਲ ਅਸੀਂ ਕੋਈ ਪ੍ਰੋਬਲਮ ਨਹੀਂ ਹੈਗੀ। ਹਾਂਜੀ। ਇੱਥੇ ਨਾਲੇ ਗੁਰਦੁਆਰਾ ਐਸੀ ਸਾਡੀ ਜਗ੍ਹਾ ਹੈਗੀ ਜਿੱਥੇ ਸਾਡੇ ਸਾਰੇ ਗੁਰੂ ਦੇ ਪ੍ਰੇਮੀ ਹੈ, ਕਿ ਹਿੰਦੂ ਕਿ ਸਿੱਖ। ਇੱਥੇ ਅਸੀਂ ਸਾਰੇ ਮਤਲਬ ਕੋਈ ਸਾਡੇ ਕੀ ਕਹਿੰਦੇ ਗੁਰਪੁਰਬ ਹੋਣ ਜਾਂ ਵਿਸਾਖੀ ਹੋਏ ਜਾਂ ਸਮਝ ਲਓ ਕੋਈ ਦੀਵਾਲੀ ਹੋਏ, ਹਾਂਜੀ, ਸਭ ਇੱਥੇ ਅਸੀਂ ਆਪਣੇ ਮਨਾਉਂਦੇ ਹਾਂ। ਠੀਕ ਹੈ ਜੀ। ਸਕੂਲ ਵਿੱਚ ਹੀ ਕਲਚਰਲ ਪ੍ਰੋਗਰਾਮ ਵੀ ਕਰਾਉਂਦੇ ਹਾਂ। ਬਹੁਤ ਵਧੀਆ ਲੱਗਿਆ ਭਾਜੀ ਇਹ ਚੀਜ਼ਾਂ ਸੁਣ ਕੇ ਨਾ, ਕਿ ਬਹੁਤ ਵਧੀਆ ਰਹਿ ਰਹੇ ਹਾਂ ਸਿੱਖ ਇੱਥੇ। ਇਹ ਗੁਰਦੁਆਰਾ ਸਾਹਿਬ ਦਾ ਕੀ ਨਾਮ ਕੀ ਹੈ ਜੀ ਪੂਰਾ ਨਾਮ? ਭਾਈ ਗੰਗਾ ਸਿੰਘ ਸਿੰਘ ਸਭਾ। ਭਾਈ ਗੰਗਾ ਸਿੰਘ ਸਿੰਘ ਸਭਾ। ਗੂਗਲ ਮੈਪ ਤੇ ਆਉਂਦਾ ਮਸਜਿਦ ਏ ਹਿੰਦ। ਮਸਜਿਦ ਏ ਹਿੰਦ ਕਿਉਂ ਆਉਂਦਾ ਹੈ? ਹਾਂਜੀ, ਕਿਉਂਕਿ ਇੱਥੇ ਇਹ ਜਿਸ ਤਰ੍ਹਾਂ ਇਹਨਾਂ ਨੂੰ ਮਸਜਿਦ, ਇਹਨਾਂ ਦੇ ਆਪਣੀ ਮਸਜਿਦ ਇਹਨੂੰ, ਕਿਉਂਕਿ ਇੱਕ ਰਿਸਪੈਕਟ ਦੇਣ ਵਾਸਤੇ ਮਸਜਿਦ ਹਿੰਦ ਕਹਿੰਦੇ, ਮਸਜਿਦ ਹਿੰਦੀਆ ਕਹਿੰਦੇ, ਮਸਜਿਦ ਹਿੰਦੀਆ। ਹਾਂਜੀ। ਮਹਿਲਾ ਤੇ ਹਿੰਦੀਆ, ਮਸਜਿਦ ਹਿੰਦੀਆ, ਕਿਉਂਕਿ ਅਸੀਂ ਤੁਸੀਂ ਹੁਣ ਟੈਕਸੀ ਵਾਲੇ ਨੂੰ ਕਹੋਗੇ ਉਹਨੂੰ ਗੁਰਦੁਆਰਾ ਨੀ ਸਮਝ ਆਏਗਾ। ਹਾਂਜੀ। ਉਹਨੂੰ ਤੁਸੀਂ ਕਹੋਗੇ ਮਸਜਿਦ ਹਿੰਦੀਆ। ਅੱਛਾ, ਇੱਥੇ ਲਿਆਏਗਾ। ਠੀਕ ਹੈ ਜੀ। ਠੀਕ ਹੈ। ਸੋ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਚੀਜ਼ ਮੈਂ ਹੋਰ ਪੁੱਛਣੀ ਤੁਹਾਡੇ ਤੋਂ, ਸਿੱਖਾਂ ਦੇ ਇੱਥੇ ਮੇਨ ਕਾਰੋਬਾਰ ਕੀ ਹੈ ਜੀ? ਮੇਨ ਕਾਰੋਬਾਰ ਦੇਖੋ ਜੀ, ਇੱਥੇ ਮੇਨ ਹਰ ਇੱਕ ਦਾ ਆਪਣਾ ਬਿਜ਼ਨਸਮੈਨ ਵੀ ਕਾਫੀ ਹੈ ਨੇ। ਹਾਂਜੀ। ਇੱਥੇ ਬਿਜ਼ਨਸ ਕਰਦੇ ਨੇ ਲੋਕ, ਕੋਈ ਆਟੋ ਪਾਰਟਸ ਦਾ ਕਰਦਾ ਹੈ। ਠੀਕ ਹੈ। ਕੋਈ ਮਤਲਬ ਹੋਰ ਕੋਈ ਜਿਸ ਤਰ੍ਹਾਂ ਕਾਫੀ ਸਾਡੇ ਸਿੱਖ ਭਰਾ ਨੇ ਉਹਨਾਂ ਨੇ ਫੈਕਟਰੀਜ਼ ਵੀ ਲਾਈਆਂ ਨੇ ਇੱਥੇ। ਅੱਛਾ ਜੀ। ਠੀਕ ਹੈ। ਜਿਸ ਤਰ੍ਹਾਂ ਰਬੜ ਫੈਕਟਰੀ ਹੈਗੀ, ਸਟੀਲ ਫੈਕਟਰੀ ਹੈਗੀ, ਕਾਫੀ ਆਪਣੇ ਸਰਦਾਰ ਭਰਾਵਾਂ ਨੇ ਲਗਾਈਆਂ ਨੇ। ਠੀਕ ਹੈ ਜੀ। ਬਾਕੀ ਟੂਰਸ ਐਂਡ ਟਰੈਵਲਸ ਦਾ ਵੀ ਕੰਮ ਹੈ ਸਰਦਾਰਾਂ ਦਾ। ਠੀਕ ਹੈ ਜੀ। ਬਟ ਮੇਨ ਜਿਹੜੇ ਪਹਿਲੇ ਸਿੱਖ ਇੱਥੇ ਰਹਿੰਦੇ ਸਨ, ਹਾਂਜੀ, ਉਹਨਾਂ ਦਾ ਆਟੋ ਪਾਰਟਸ ਵਿੱਚ ਕੰਮ ਸੀ, ਬਟ ਹੁਣ ਆਟੋ ਪਾਰਟਸ ਵਿੱਚ ਬਹੁਤ ਘੱਟ ਰਹਿ ਗਏ ਨੇ। ਠੀਕ ਹੈ। ਬਾਕੀ ਉਹਨਾਂ ਨੇ ਦੂਜਿਆਂ ਨੇ ਫੈਕਟਰੀਆਂ ਲਗਾ ਲਈਆਂ ਨੇ ਕਾਫੀ ਸਿੱਖ ਭਰਾਵਾਂ ਨੇ, ਤੇ ਆਪਣਾ ਆਪਣਾ ਮਤਲਬ ਮੇਨ ਬਿਜ਼ਨਸ ਕਰਦੇ ਨੇ ਸਾਰੇ, ਮਤਲਬ ਵਧੀਆ ਨੇ ਸਿੱਖ ਇੱਥੇ, ਵਧੀਆ ਵੈਲ ਸੈਟਲਡ ਨੇ, ਚੜ੍ਹਦੀ ਕਲਾ ਜੀ, ਵਧੀਆ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ, ਕਿਉਂਕਿ ਬਹੁਤ ਜ਼ਿਆਦਾ ਮੈਂ ਜਦੋਂ ਇਰਾਨ ਆਇਆ ਸੀ ਮੈਨੂੰ ਬਹੁਤ ਸਾਰੇ ਮੈਸੇਜ ਸੀਗੇ ਕਿ ਬਈ ਸਿੱਖਾਂ ਬਾਰੇ ਦਿਖਾਇਓ ਵੀ ਇੱਕ ਇਰਾਨ ਇੱਕ ਸ਼ੀਆ ਮੁਸਲਿਮ ਮੈਜੋਰਿਟੀ ਦੇਸ਼ ਆ, ਉੱਥੇ ਸਿੱਖ ਕਿੱਦਾਂ ਰਹਿੰਦੇ ਨੇ ਔਰ ਕੀ ਕੰਮ ਕਰਦੇ ਨੇ, ਸੋ ਇਹ ਸੁਣ ਕੇ ਬਹੁਤ ਵਧੀਆ ਲੱਗਿਆ। ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਜੀ। ਹਾਂਜੀ। ਇੱਥੇ ਸਿੱਖ ਮਤਲਬ ਕਿ ਰਾਜਾਂ ਵਾਂਗ ਰਹਿੰਦੇ ਨੇ। ਬਿਲਕੁਲ ਬਿਲਕੁਲ। ਸਾਰਿਆਂ ਕੋਲ ਮੈਕਸੀਮਮ ਆਪਣੇ ਮਕਾਨ ਨੇ। ਹਾਂਜੀ। ਵਾਹਿਗੁਰੂ ਦੀ ਮਿਹਰ ਹੈ, ਕੋਈ ਐਸੀ ਗੱਲ ਨਹੀਂ। ਹਾਂਜੀ। ਮੈਕਸੀਮਮ
सिख जेडे इत्थे हैगे ने उहनां कोल अपने मकान ने। हां जी इह दुबई वाला हाल नहीं के लोग किराए ते रहंदे। हां जी नहीं वधिया अपने मकान ने सारे। हां जी उदां तेहरान सिटी किदां जी थोनूं लगदी? बहुत खूबसूरत सिटी है जी। वधिया ना? बहुत वधिया सिटी। हां जी बहुत अच्छी है, हर एक चीज है। अच्छा इत्थे इंडियन अपने इंडियन रेस्टोरेंट्स भी हैगे ने। हां जी हां जी मैं गया सी एक महाराजा रेस्टोरेंट उत्थे मैं गया सी। महाराजा है, तंदूर है, हां जी फिर चिंगारी है, ठीक है जी, फिर एक और ताजमहल है। ताज है। हां जी हां जी ठीक है जी, ठीक है ठीक है जी। बहुत वधिया लग्या थोड़े नाल गलबात करके, तुसीं आपदा समां दित्ता। नहीं नहीं कोई ऐसी गल। हां जी वाहिगुरू जी खालसा वाहिगुरू जी की फतेह जी। जिदा भाजी ने दस्या सी ना तुसीं कन्फ्यूज हो सकदे हो, जिहड़ी ईरानियन डेट इत्थे हिजरी डेट चलदी है ओहदे हिसाब नाल अज केहड़ा सन चल रहा जी हिजरी दे हिसाब नाल? 1402 चल रहा और 1301 नूं आए सी। हां जी मतलब 101 साल पहला सिखां दी इत्थे एंट्री होई सी। सो हुण 1402 सन चल रहा ईरान दे इन्हां दे आपदी हिसाब नाल। जिवें अपने सिखां दे विच नानक शाही कैलेंडर हुंदा, अपना तां लगभग सेम चलदा, बुद्धिज़म दे विच अलग कैलेंडर हुंदा, उदां इन्हां दा अलग कैलेंडर आ। हां जी इन्हां दा अलग डेट आ। अलग कैलेंडर। हां जी उदां मतलब जे नॉर्मल जिहड़ा सन दे हिसाब नाल तां तुसीं हिसाब ला लो सन 1922 बनदा हैना। हां जी 1921-22 दे नेड़े तेड़े जिहड़े सिख ਉਹ ਇਰਾਨ ਦੇ ਵਿੱਚ ਆਏ ਸੀਗੇ ਔਰ ਅੱਜ ਤੱਕ ਸਿੱਖ ਇੱਥੇ ਰਹਿ ਰਹੇ ਨੇ। ਪਹਿਲਾਂ ਜ਼ਿਆਦਾ ਫੈਮਿਲੀਆਂ ਸੀਗੀਆਂ, ਉਹ ਥੋੜਾ ਥੋੜਾ ਤੁਹਾਨੂੰ ਪਤਾ ਹੀ ਹੈ ਜਿਵੇਂ ਕੋਈ ਇੰਡੀਆ ਚਲਾ ਗਿਆ, ਕੋਈ ਕੈਨੇਡਾ, US ਇੱਦਾਂ ਇੱਦਾਂ ਸ਼ਿਫਟ ਹੁੰਦੇ ਗਏ। ਸੋ ਪਰ ਅੱਜ ਵੀ ਇੱਥੇ ਕਾਫੀ ਸਿੱਖ ਫੈਮਿਲੀਆਂ ਮੌਜੂਦ ਨੇ। ਸੋ ਇਹ ਭਾਜੀ ਦਾ ਵੀ ਚੈਨਲ ਹੈ ਜੀ ਜੈਮਲ ਸਿੰਘ ਨਾਮ ਤੋਂ, ਮੈਂ ਥੱਲੇ ਡਿਸਕ੍ਰਿਪਸ਼ਨ 'ਚ ਲਿੰਕ ਪਾ ਦੂੰਗਾ, ਦੇਖ ਸਕਦੇ ਹੋ ਜਾ ਕੇ ਉੱਥੇ। ਠੀਕ ਹੈ ਜੀ ਬਾਕੀ ਭਾਈ ਸਾਹਿਬ ਵੀ ਇੱਥੋਂ ਗੁਰਦੁਆਰਾ ਸਾਹਿਬ ਦੀ ਵੀ ਤੁਹਾਨੂੰ ਵੀਡੀਓ ਦਿਖਾ ਦਿਆ ਕਰਨਗੇ। ਠੀਕ ਹੈ ਜੀ ਠੀਕ ਹੈ ਭਾਜੀ। ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵੇਰੇ ਮਿਲਦੇ ਹਾਂ ਜੀ ਹੁਣ। ਠੀਕ ਹੈ ਜੀ ਚਲੋ ਵੀ ਹੁਣ ਚੱਲੀਏ, ਬਾਈ ਹਰੀ ਚੱਲਿਆ ਮੇਰੇ ਨਾਲ, ਮੈਂ ਕਿਹਾ ਮੈਨੂੰ ਛੱਡਿਆ ਹੋਸਟਲ ਤੱਕ।